ਜੇਲ੍ਹ ਦੇ ਵਿੱਚ ਅਮਰਿਤਪਾਲ ਦੇ ਨਾਲ ਹੋ ਰਿਹਾ ਹੈ ਕੁਝ ਅਜੀਹਾ ਜੋ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ ਜੀ ਹਾਂ ਅਮਰਿਤਪਾਲ ਸਿੰਘ ਦਾ ਇੱਕ ਕੌੜਾ ਸੱਚ ਜਿਹੜਾ ਸਾਹਮਣੇ ਆਇਆ ਹੈ ਲਗਾਤਾਰ ਅਮਰਿਤਪਾਲ ਸਿੰਘ ਦੇ ਉੱਤੇ ਬਹੁਤ ਤਰ੍ਹਾਂ ਦੀ ਜਿਹੜੀ ਹੈ ਉਹ ਨਿਗ੍ਹਾ ਰੱਖੀ ਜਾ ਰਹੀ ਸੀ ਹਾਲਾਂਕਿ ਅਮਰਿਤਪਾਲ ਦੇ ਉੱਤੇ ਕੁਝ ਤਰ੍ਹਾਂ ਤਰ੍ਹਾਂ ਦੇ ਜਿਹੜੇ ਨੇ ਇਫੈਕਟ ਖੁੱਲਣੇ ਵੀ ਸ਼ੁਰੂ ਹੋ ਗਏ ਨੇ ਅਮਰਿਤਪਾਲ ਸਿੰਘ ਜਿਹੜੇ ਨੇ ਜਾਂਚ ਦੇ ਦੌਰਾਨ ਕੁਝ ਅਜੀਹੀਆਂ ਚੀਜ਼ਾਂ ਵੀ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਜੋ ਤੁਹਾਨੂੰ ਵੀ ਹੈਰਾਨ ਕਰ ਦੇਣਗੀਆਂ ਲਗਾਤਾਰ ਅਮਰਿਤਪਾਲ ਸਿੰਘ ਜਿਸ ਤਰ੍ਹਾਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਸਖਤ ਸੁਰੱਖਿਆ ਜਿਹੜੀ ਹੈ ਅਮਰਿਤਪਾਲ ਦੇ ਉੱਤੇ ਨਿਗਾਹ ਰੱਖ ਰਹੀ ਹੈ ਤੋਂ ਡਿਬਰੂਗੜ ਕੇਂਦਰੀ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਦੇ ਉੱਤੇ ਸਖਤ ਸੁਰੱਖਿਆ ਜਿਹੜੀ ਹੈ ਉਹ ਰੱਖੀ ਗਈ ਹੈ ਹਾਲਾਂਕਿ ਅਮਰਿਤਪਾਲ ਸਿੰਘ ਨੂੰ ਕੁਝ ਵੱਡੇ ਪੱਧਰ ਤੇ ਜਿਹੜੀਆਂ ਚੀਜ਼ਾਂ ਨੇ ਉਹ ਵੀ ਵੇਖਣ ਨੂੰ ਮਿਲ ਰਹੀਆਂ ਨੇ ਸੋ ਜੇ ਗੱਲ ਕਰੀਏ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਲਗਾਤਾਰ ਇੱਥੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਸੋ ਜਿੱਥੇ ਲਗਾਤਾਰ ਅਮਰਿਤਪਾਲ ਸਿੰਘ ਦੇ ਉੱਤੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਵੀ ਸਾਫ਼ ਹੋ ਰਹੀਆਂ ਨੇ ਸੋ ਜੇ ਗੱਲ ਕਰੀਏ ਅਮਰਿਤਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹ ਵੀ ਲਗਾਤਾਰ ਸਾਥ ਛੱਡ ਰਹੇ ਨੇ ਪੰਜਾਬ ਦੀ ਗੱਲ ਕਰੀਏ ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰਮੁੱਖ ਅਮਰਿਤਪਾਲ ਦੇ ਖਿਲਾਫ ਜੋ ਸਰਕਾਰ ਨੇ ਰਵਈਆ ਅਪਣਾਇਆ ਉਸ ਤੋਂ ਬਾਅਦ ਉਸ ਦੇ ਸਾਥੀ ਇੱਕ ਇੱਕ ਕਰਕੇ ਉਸ ਦਾ ਸਾਥ ਛੱਡਦੇ ਜਾ ਰਹੇ ਨੇ ਅਮਰਿਤਪਾਲ ਅਤੇ ਵਾਰਿਸ ਪੰਜਾਬ ਜਥੇਬੰਦੀ ਦੇ ਆਗੂਆਂ ਖਿਲਾਫ ਕੀਤੀ ਗਈ ਪੁਲਿਸ ਕਾਰਵਾਈ ਦੌਰਾਨ ਜਿੱਥੇ ਕਿ ਕੁਝ ਨੌਜਵਾਨ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਏ ਗਏ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਜਮਾਨਤ ਦੇ ਉੱਤੇ ਛੱਡਿਆ ਗਿਆ ਇਸ ਮੌਕੇ ਜੇਲ੍ਹ ਵਿੱਚੋਂ ਜ਼ਮਾਨਤ ਕਰਵਾ ਕੇ ਬਾਹਰ ਆਏ ਨੌਜਵਾਨਾਂ ਨੇ ਜਥੇਬੰਦੀ ਦੇ ਫਾਊਂਡਰ ਮੈਂਬਰ ਗੁਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਹੈ ਕਿ ਦੀਪ ਸਿੱਧੂ ਨਾਲ ਮਿਲ ਕੇ ਵਾਰਿਸ ਪੰਜਾਬ ਜਥੇਬੰਦੀ ਬਣਾਈ ਸੀ ਅਤੇ ਰਜਿਸਟਰਡ ਵੀ ਕਰਵਾਈ ਸੀ ਉਹਨਾਂ ਨੇ ਉਦੋਂ ਕਿਹਾ ਕਿ ਜਦੋਂ ਤੱਕ ਭਾਈ ਅਮਰਿਤਪਾਲ ਸਿੰਘ ਨੌਜਵਾਨਾਂ ਦੇ ਨਸ਼ੇ ਛਡਵਾਉਂਦਾ ਸੀ ਲੋਕਾਂ ਨੂੰ ਅੰਮ੍ਰਿਤ ਪਾਨ ਕਰਵਾਉਂਦਾ ਸੀ ਉਦੋਂ ਤੱਕ ਠੀਕ ਸੀ ਪਰ ਜਦੋਂ ਉਹ ਬਾਕੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਇਆ ਅਸੀਂ ਖੁਦ ਨੂੰ ਅਮਰਿਤਪਾਲ ਅਤੇ ਵਾਰਿਸ ਪੰਜਾਬ ਜਥੇਬੰਦੀ ਤੋਂ ਬਹੁਤ ਪਹਿਲਾਂ ਹੀ ਵੱਖ ਕਰ ਲਿਆ ਸੀ ਉਹਨਾਂ ਕਿਹਾ ਇਹ ਕਿ ਅਮਰਿਤਪਾਲ ਦਾ ਜਨਾਲਾ ਕਾਂਡ ਵੀ ਗਲਤ ਸੀ ਜਿਸ ਤੋਂ ਬਾਅਦ ਅਸੀਂ ਪੂਰੀ ਤਰ੍ਹਾਂ ਚੁੱਪ ਰਹੇ ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈ ਉਹਨਾਂ ਕਿਹਾ ਇਹ ਕਿ ਪੁਲਿਸ ਨੇ ਸਾਨੂੰ ਪਹਿਲਾਂ ਸ਼ੇਅਰ ਕੀਤੀਆਂ ਪੋਸਟਾਂ ਕਾਰਨ ਫੜਿਆ ਸੀ ਤੁਸੀਂ ਭਾਵੇਂ ਕਿਸੇ ਰਾਹੀ ਜਾਂ ਕਿਸੇ ਵੀ ਤਰ੍ਹਾਂ ਪੁਲਸ ਅਗੇ ਆਤਮ ਸਮਰਪਣ ਕਰਦੇ ਹੋ ਪਰ ਬੇਕਸੂਰਾਂ ਨੂੰ ਕੁੱਟ ਨਾ ਪਵਾਓ ਅਮਰਿਤਪਾਲ ਸਿੰਘ ਨੂੰ ਇਹ ਵੀ ਕਿਹਾ ਗਿਆ ਸੀ ਪਰ ਜੇ ਹੁਣ ਕਰੀ ਗੱਲ ਕਰੀਏ ਤਾਂ ਜਿੱਥੇ ਨੌਜਵਾਨ ਜਥੇਬੰਦੀ ਨਾਲ ਸਬੰਧਤ ਨੇ ਉਹ ਸਾਥ ਛੱਡਦੇ ਜਾ ਰਹੇ ਨੇ ਲਗਾਤਾਰ ਸਾਥੀਆਂ ਨੇ ਜਥੇਬੰਦੀ ਦਾ ਸਾਥ त्याग ਦਿੱਤਾ ਹੈ ਅਮਰਿਤਪਾਲ ਸਿੰਘ ਦੇ ਜੋ ਸਮਰਥਕ ਸੀ ਉਹਨਾਂ ਲੋਕਾਂ ਨੇ ਅਮਰਿਤਪਾਲ ਸਿੰਘ ਦਾ ਸਾਥ ਛੱਡ ਦਿੱਤਾ ਹੈ মিডিਆ ਦੇ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਲੋਕਾਂ ਨੇ ਖਾਸ ਤੌਰ ਤੇ ਕੁਝ ਬਿਆਨਵਾਜ਼ੀਆਂ ਕੀਤੀਆਂ ਨੇ ਜੋ ਬੇहद ਜਿਹੜੀਆਂ ਨੇ ਸੋਚਣ ਤੇ ਵਿਚਾਰਨ ਵਾਲੀਆਂ ਨੇ ਅਮਰਿਤਪਾਲ ਸਿੰਘ ਖਾਲਸਾ ਜਿਹੜੇ ਨੇ ਲਗਾਤਾਰ ਉਹ ਬਹੁਤ ਚਰਚਾ ਦੇ ਵਿੱਚ ਚੱਲ ਰਹੇ ਨੇ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਭਾਵੇਂ ਡਿਬਰੂਗੜ ਕੇਂਦਰੀ ਜੇਲ੍ਹ ਦੇ ਵਿੱਚ ਨੇ ਸੀਐਮ ਭਗਵੰਤ ਮਾਨ ਨੇ ਵੀ ਖੁੱਲ ਕੇ ਬਿਆਨਵਾਜੀ ਕੀਤੀ ਹੈ ਅਮਰਿਤਪਾਲ ਸਿੰਘ ਦੇ ਖਿਲਾਫ ਅਮਰਿਤਪਾਲ ਸਿੰਘ ਦੇ ਉੱਤੇ NSA ਕਿਉਂ ਲਗਾਇਆ ਗਿਆ ਕਿਉਂਕਿ ਅਮਰਿਤਪਾਲ ਕਹਿੰਦੇ ਨੇ ਮੈਂ ਪਾਸਪੋਰਟ ਨੂੰ ਨਾਗਰਿਕਤਾ ਦਾ ਸਾਧਨ ਨਹੀਂ ਮੰਨਦਾ ਉਹ ਸਿਰਫ ਯਾਤਰਾ ਦਾ ਸਾਧਨ ਹੈ ਮੈਂ ਇਸ ਦੇਸ਼ ਦਾ ਨਾਗਰਿਕ ਹੀ ਨਹੀਂ ਹਾਂ ਸਭ ਤੋਂ ਵੱਡਾ ਕਾਰਨ ਹੈ ਕਿ ਉਹਨਾਂ ਦੇ ਉੱਤੇ NSA ਲੱਗਿਆ ਔਰ ਦੂਜੀ ਗੱਲ ਇਹ ਹੈ ਕਿ ਪੁਲਿਸ ਦੇ ਕੰਮਾਂ ਦੇ ਵਿੱਚ ਰੁਕਾਵਟ ਪਾਉਣਾ ਪੁਲਿਸ ਦੀ ਕੁੱਟਮਾਰ ਕਰਨਾ ਔਰ ਅਜਨਾਲਾ ਕਾਂਡ ਵਰਗੀਆਂ ਘਟਨਾਵਾਂ ਦਾ ਵਾਪਰ ਜਾਣਾ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਲਾਗੂ ਹੋ ਜਾਣਾ। ਔਰ ਅਮਰਿਤਪਾਲ ਸਿੰਘ ਜਿਹੜੇ ਨੇ ਹੁਣ ਕੇਂਦਰੀ ਜੇਲ ਡਿਬਰੂਗੜ ਦੇ ਵਿੱਚ ਬੰਦ ਨੇ ਹਾਲਾਂਕਿ ਅਮਰਿਤਪਾਲ ਸਿੰਘ ਦਾ ਇੱਕ ਸੱਚ ਰਿਹਾ ਜੋ ਸੀਐਮ ਭਗਵੰਤ ਮਾਨ ਨੇ ਬਿਆਨ ਕੀਤਾ ਹੈ। ਅਮਰਿਤਪਾਲ ਸਿੰਘ ਜਿਸ ਤਰ੍ਹਾਂ ਕਿ ਨੌਜਵਾਨਾਂ ਦੀ ਡੀਲ ਕਰਦਾ ਸੀ ਆਈਐਸਆਈ ਦੇ ਨਾਲ ਸੰਬੰਧ ਸੀ। ਅਮਰਿਤਪਾਲ ਸਿੰਘ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਫੜਾ ਕੇ ਉਹਨਾਂ ਦੀ ਫੋਟੋ ਭੇਜਦਾ ਸੀ ਉਸ ਦੇ ਬਦਲੇ ਅਮਰਿਤਪਾਲ ਨੂੰ ਵੱਡੀ ਫੰਡਿੰਗ ਹੁੰਦੀ ਸੀ ਨੌਜਵਾਨਾਂ ਨੂੰ ਗੁੰਮਰਾ ਕਰਕੇ ਨਾਲ ਜੋੜਨਾ ਏ ਵੀ ਸੀ ਐਮ ਭਗਵੰਤ ਮਾਨ ਨੇ ਇੱਕ ਇੰਟਰਵਿਊ ਦੇ ਦੌਰਾਨ ਕਹਿ ਦਿੱਤਾ ਹੈ ਸੋ ਲਗਾਤਾਰ ਜਿੱਥੇ ਅਮਰਿਤਪਾਲ ਸਿੰਘ ਚਰਚਾ ਦਾ ਵਿਸ਼ਾ ਹੈ ਔਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਉਪ ਚੋਣ ਜਲੰਧਰ ਦੇ ਵਿੱਚ ਕਈ ਥਾਵਾਂ ਤੇ ਝੜਪਾਂ ਦੇਖਣ ਨੂੰ ਮਿਲੀਆਂ ਨੇ ਲੋਕ ਸਭਾ ਉਪ ਚੋਣ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ ਜੋ ਕਿ ਸ਼ਾਮ 6 ਵਜੇ ਤੱਕ ਜਾਰੀ ਹੈ ਜਲੰਧਰ ਲੋਕ ਸਭਾ ਜਿਮਨੀ ਚੋਣ ਦੇ ਲਈ 11 ਵਜੇ ਤੱਕ 43% ਦੀ ਪੋਲਿੰਗ ਹੋਈ ਚੋਣ ਮੈਦਾਨ ਵਿੱਚ ਕੁੱਲ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਜਲੰਧਰ ਵਿੱਚ ਪੈ ਰਹੀਆਂ ਵੋਟਾਂ ਵਿਚਾਲੇ ਕੁਝ ਥਾਵਾਂ ਉੱਤੇ ਲੜਾਈ ਝਗੜੇ ਦੀਆਂ ਖਬਰਾਂ ਵੀ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਸ਼ਾਹਕੋਟ ਦੇ ਰੂਪੇਵਾਲ ਪਿੰਡ ਵਿੱਚ ਕਾਂਗਰਸ ਤੇ ਆਪ ਵਰ ਸਮਰਥਕਾਂ ਦੇ ਵਿਚਾਲੇ ਕਾਫੀ ਵਹਿਸ਼ਬਾਜ਼ੀ ਹੋਈ ਕਾਂਗਰਸ ਦੇ ਵਿਧਾਇਕ ਲਾਡੀ ਸ਼ੇਰੋ ਵਾਲੀਆਂ ਨੇ ਬਾਹਰਲੇ ਹਲਕੇ ਤੋਂ ਆਏ ਆਪ ਵਿਧਾਇਕ ਉੱਤੇ ਬਦਮਾਸ਼ੀ ਕਰਨ ਦਾ ਇਲਜ਼ਾਮ ਲਗਾਇਆ ਹੈ ਇਸੇ ਤਰ੍ਹਾਂ ਹੀ ਜਲੰਧਰ ਦੇ ਢੰਨ ਮੁਹੱਲੇ ਵਿੱਚ ਆਪ ਸਮਰਥਕਾਂ ਉੱਤੇ ਕਾਂਗਰਸ ਦੇ ਭਾਜਪਾ ਦੇ ਬੂਥ ਭੰਨਣ ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ ਜਿੱਥੇ ਕਿ ਢੰਨ ਮੁਹੱਲੇ ਦੇ ਲੋਕਾਂ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਆਪ ਸਮਰਥਕ ਸ਼ਰਿਆਮ ਹਥਿਆਰ ਲੈ ਕੇ ਘੁੰਮ ਰਹੇ ਨੇ ਮਕਸੂਦਾ ਇਲਾਕੇ ਚ ਪੈਂਦੇ ਪਿੰਡ ਨੰਦਨਪੁਰ ਰੋਡ ਤੇ ਸਥਿਤ VOTING ਬੂਥ ਤੇ ਗੇਟ ਤੇ ਤਾਇਨਾਤ ਹੌਲਦਾਰ ਅਤੇ ਡਿਊਟੀ ਤੇ ਤਾਇਨਾਤ ASI ਵਿਚਕਾਰ ਤਿੱਖੀ ਬਹਿਸ ਹੋ ਗਈ ਵੋਟਰਾਂ ਦੇ ਸਾਹਮਣੇ ਇਸ ਬਹਿਸ ਕਾਰਨ ਲੋਕ ਪੁਲਿਸ ਮੁਲਾਜ਼ਮਾਂ ਤੇ ਹੱਸ ਰਹੇ ਸਨ ਜਾਣਕਾਰੀ ਅਨੁਸਾਰ ਜਦੋਂ ASI ਨੇ ਗੇਟ ਤੇ ਖੜੇ ਹੌਲਦਾਰ ਨੂੰ ਕੁਝ ਕੰਮ ਪੁੱਛਿਆ ਤਾਂ ਉਸਨੇ ਝਿੜਕਦਿਆਂ ਕਿਹਾ ਕਿ ਮੈਂ ਗੇਟ ਤੇ ਡਿਊਟੀ ਦੇ ਰਿਹਾ ਸਾਰਾ ਕੰਮ ਕਿਵੇਂ ਕਰਨਾ ਹੈ ਇਸ ਤੇ SHO ਨੇ ਕਿਹਾ ਕਿ ਮੈਂ ਸੀਨੀਅਰ ਹਾਂ ਅਸੀਂ ਸਾਰੇ ਕੰਮ ਮਿਲ ਕੇ ਕਰਨੇ ਨੇ ਪਰ ਜਿੱਥੇ ਕਿ ਸਰਜੈਂਟ ਨੇ ਗੁੱਸੇ ਵਿੱਚ ਉੱਚੀ ਆਵਾਜ਼ ਵਿੱਚ ਥਾਣੇਦਾਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਉਥੇ ਬੋਟ ਪਾਉਣ ਆਏ ਲੋਕਾਂ ਨੇ ਉਹਨਾਂ ਨੂੰ ਸ਼ਾਂਤ ਵੀ ਕੀਤਾ ਇਹ ਜੋ ਚੀਜ਼ ਸਾਹਮਣੇ ਆਈ ਹੈ ਸੋ ਇੱਕ ਵੱਡੀ ਅਪਡੇਟ ਜਿਹੜੀ ਹੈ ਵੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਲਗਾਤਾਰ ਜਲੰਧਰ ਜਿਮਨੀ ਚੌਣ ਦੌਰਾਨ ਆਪ ਵਿਧਾਇਕ ਦਲਵੀਰ ਸਿੰਘ ਟੋਂਗ ਗ੍ਰਿਫਤਾਰ ਹੋਏ ਨੇ ਜੀਹਾਂ ਖਬਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਸ਼ਿਕਾਇਤ ਮਿਲੀ ਹੈ ਲਾਡੀ ਸ਼ੇਰੋਂ ਵਾਲੀਆ ਦੀ ਸ਼ਿਕਾਇਤ ਤੇ ਵਿਧਾਇਕ ਦਲਵੀਰ ਸਿੰਘ ਟੋਂਗ ਨੂੰ ਸ਼ਾਹਕੋਟ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਬਾਅਦ ਵਿੱਚ ਉਸਨੂੰ ਜ਼ਮਾਨਤ ਤੇ ਰਿਹਾਅ ਵੀ ਕਰ ਦਿੱਤਾ ਗਿਆ ਜੋ ਸਾਹਮਣੇ ਸਾਫ਼ ਹੋਇਆ ਹੈ ਸੋ ਇਥੇ ਵੱਡੀ ਅਪਡੇਟ ਜਿਹੜੀ ਹੈ ਇਹ ਵੀ ਸਾਹਮਣੇ ਆ ਰਹੀ ਹੈ ਕਈ ਥਾਵਾਂ ਤੇ ਲੜਾਈਆਂ ਝਗੜਿਆਂ ਦੀਆਂ ਜਿੱਥੇ ਚੀਜ਼ਾਂ ਸਾਹਮਣੇ ਆਈਆਂ ਨੇ ਉਥੇ ਹੀ ਕਰਨਾਟਕ ਦੇ ਵਿੱਚ ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ VOTING ਜਾਰੀ ਹੈ ਦੁਪਹਿਰ 3 ਵਜੇ ਤੱਕ ਜਿਹੜੀ ਹੈ VOTING ਹੋਈ 52 52.18 ਫੀਸਦੀ ਵੋਟਾਂ ਪਈਆਂ ਕੁਝ ਇਸ ਦੌਰਾਨ ਕੁਝ ਥਾਵਾਂ ਤੇ ਹਿੰਸਕ ਘਟਨਾਵਾਂ ਵਾਪਰੀਆਂ ਈਵੀਐਮ ਮਸ਼ੀਨਾਂ ਤੋੜਨ ਦੀਆਂ ਵੀ ਖਬਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਤੇ ਲਗਾਤਾਰ ਉਸ ਦੀਆਂ ਕੁਝ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਲੋਕ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚੇ ਕੁਝ ਥਾਵਾਂ ਤੇ ਈਵੀਐਮ ਮਸ਼ੀਨਾਂ ਵੀ ਤੋੜ ਦਿੱਤੀਆਂ ਗਿਆ ਨੇ ਜੋ ਅਪਡੇਟ ਮਿਲ ਪਾਈ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ